ਸਾਧ ਸੰਗਤ ਜੀ ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਾਰਤਾਲਾਪ ਦਾ ਵਿਸ਼ਾ ਹੈ ਸੱਭਿਆਚਾਰ ਦੇ ਓਲੇ ਅਸੱਭਿਆਚਾਰ। ਕਿਉਂ ਬਈ ਪ੍ਰਤਾਪ ਸਿਆਂ ਆ ਜਾ ਇੱਧਰ, ਕਿਹਨੂੰ ਲੱਭਦਾ ਫਿਰਦਾ? ਲੱਭਣਾ ਕੀ ਆ, ਮੁੰਡਾ ਆਇਆ ਸਕੂਲੋਂ ਪੜ ਕੇ, ਹੁਣ ਬਸਤਾ ਸਿੱਟ ਕੇ ਲੱਗਦਾ ਕਿਸੇ ਦੇ ਟੈਲੀਵਿਜ਼ਨ ਵੇਖਣ ਚਲਾ ਗਿਆ, ਪੜਦਾ ਕਰਦਾ ਕੁਝ ਹੈ ਨਹੀਂ। ਪੜਾਈਆਂ ਪੜੁਈਆਂ ਤਾਂ ਸਾਡੇ ਸ਼ੋਰ ਵੀ ਇਸ ਤਰ੍ਹਾਂ ਦੀਆਂ ਹੀ ਕਰਦੇ ਆ, ਸਕੂਲ ਵਾਲੇ ਕੰਮ ਦਾ ਕੁਝ ਪਤਾ ਨਹੀਂ, ਕਿੰਨਾ ਕੁਝ ਜਾਣਦੇ ਆ। ਉਹ ਟੀਵੀ ਦੇ ਪ੍ਰੋਗਰਾਮਾਂ ਨੂੰ ਰੱਟ ਲਾਇਆ, ਬਈ ਫਲਾਣੇ ਦਿਨ ਆ ਫਿਲਮ ਆਣੀ ਆ ਤੇ ਢੀਂਗੜੇ ਦਿਨ ਆ। ਉਹ ਆ ਚਾਰ ਦਿਨ ਹੁੰਦੇ ਨੇ ਪੜਾਈ ਦੇ, ਹੁਣ ਵਰਜ ਕੇ ਰੱਖੋ ਇਹਨਾਂ ਨੂੰ, ਉੱਤੋਂ ਪੇਪਰ ਆ ਗਏ ਆ। ਪੜ੍ਹਨਾ ਕੀ ਇੰਨਾ, ਮੇਰਾ ਪੋਤਰਾ ਹਾਲੇ 9 ਸਾਲ ਦਾ ਏ ਤੇ ਨਜ਼ਰ ਵਾਲੀਆਂ ਐਨਕਾਂ ਵੀ ਲੱਗ ਗਈਆਂ। ਉਹ ਕਿਉਂ? ਕਿਉਂ ਕਾਦੀ, ਬਸ ਸਾਰਾ ਦਿਨ ਟੈਲੀਵਿਜ਼ਨ ਨੂੰ ਵੇਂਦਾ ਰਹਿੰਦਾ। ਡਾਕਟਰ ਕਹਿੰਦਾ ਬਈ ਵੇਖਣਾ ਹੈ ਤਾਂ ਦੂਰ ਬਹਿ ਕੇ ਵੇਖੋ, ਤੇ ਜਵਾਕ ਸੌਰੀ ਦੇ ਵਿਚੋੜਨ ਤਿਕ ਜਾਂਦੇ ਆ, ਪਤਾ ਨਹੀਂ ਕੀ ਲੱਭਦੇ ਇਥੋਂ। ਹੋਇਆ ਕਿਤੇ ਵੇਖ ਲਿਆ, ਸਾਰਾ ਦਿਨ ਖੇੜਾ ਹੀ ਨਹੀਂ ਛੱਡਦੇ। ਅਸੀਂ ਕਰੋ ਘਰੀ ਡੱਬੇ ਚੇਦਾਂ ਖਰੀਦ ਲਏ, ਪਰ ਆਪਣੀ ਜਵਾਕਾਂ ਦੀਆਂ ਜੜਾਂ ਪੱਟੀਆਂ ਜਾਣੀਆਂ, ਨੌਕਰੀ ਕਰਨ ਜੋਗੇ ਇੰਨਾ ਹੋਣਾ ਨਹੀਂ, ਤੇ ਖੇਤੀ ਬੰਨੀ ਜਾ ਕੇ ਇਹ ਮੁਨਾਖੇ ਜੇ ਕੀ ਖੋਨ ਖੋ ਦੇਣਗੇ ਜਿਨ੍ਹਾਂ ਨੂੰ ਘਰੇ ਨਹੀਂ ਦੀਂਦਾ। ਇੱਕ ਤਾਂ ਹਿੰਦੁਸਤਾਨ ਦੇ ਲੋਕੀ ਅਨਪੜ੍ਹ ਤੇ ਅਗਿਆਨੀ ਪਹਿਲਾਂ ਬਥੇਰੇ ਸੀ, ਬਾਕੀ ਰਹਿੰਦੀ ਖੁੰਦੀ ਟੈਲੀਵਿਜ਼ਨ ਤੇ ਫਿਲਮਾਂ ਵਾਲਿਆਂ ਦੀ ਫੁੱਲ ਕਿਰਪਾ ਹੋਈ ਜਾਂਦੀ ਆ। ਫੁੱਲ ਵਰਗੀ ਫੁੱਲ, ਆ ਇਹੋ ਜਿਹੇ ਡਰਾਮੇ ਆਉਣ ਡਏ ਆ ਨਾ ਟੀਵੀ ਤੇ ਕਿ ਬਸ ਗੈਬੀ ਸ਼ਕਤੀਆਂ ਤੇ ਭੂਤ ਪ੍ਰੇਤ ਜੇ ਵਿਖਾਈ ਜਾਂਦੇ ਆ। ਇਹ ਮੁਲਕ ਤਾਂ ਸੁੱਖ ਨਾਲ ਇਹਨਾਂ ਗੱਲਾਂ ਦਾ ਪਹਿਲਾਂ ਹੀ ਮਾਰਿਆ ਪਿਆ, ਤੇ ਰਹਿੰਦੀ ਕਸਰ ਤੁਸੀਂ ਕੱਢ ਦੋ ਵੀ ਕਿਸੇ ਨੂੰ ਅਕਲ ਕਾਹਨੂੰ ਆ ਜੇ। ਬਈ ਪਿੰਡਾਂ ਕਸਬਿਆਂ ਤਾਂ ਅੱਗੇ ਪਖੰਡੀ ਟੋਲੇ ਬਥੇਰੇ ਲੁੱਟੀ ਜਾਂਦੇ ਆ, ਕਿਸੇ 'ਚ ਛਾਇਆ ਵੜਗੀ ਕਿਸੇ 'ਚ ਕੱਢਣੀ ਹੈ, ਰਹਿੰਦਾ ਖੁੰਦਾ ਟੈਲੀਵਿਜ਼ਨ ਵਾਲੇ ਸੁਹਾਗਾ ਫੇਰੀ ਜਾਂਦੇ ਆ। ਬਾਈ ਨਿੱਕੇ ਨਿੱਕੇ ਬੱਚਿਆਂ ਦੇ ਮਨਾਂ ਵਿੱਚ ਵੀ ਇਹੋ ਗੱਲਾਂ ਵਾੜ ਦਿਓ। ਤਾਂ ਸਿਆਣੇ ਕਿਹਾ ਬਈ ਬੱਚਾ ਤਾਂ ਕੋਰਾ ਕਾਗਜ਼ਾ, ਜੋ ਮਰਜ਼ੀ ਲਿਖ ਲਓ। ਸਾਡੇ ਮੁਲਕ 'ਚ ਪੂਰਨ ਇਹੋ ਜਿਹੇ ਪੌਂਡੇ ਆ ਕਿ ਨਵੀਂ ਪੀੜ੍ਹੀ ਦੀਆਂ ਫੱਟੀਆਂ ਪੁੱਛ ਦੇਣੀਆਂ ਇਹਨਾਂ। ਸਿਗਰਟਾਂ ਦੀ ਮਸ਼ਹੂਰੀ ਦੇਖ ਲਓ ਤਾਂ ਲੱਗਦਾ ਹੈ ਬਈ ਨਵੀਂ ਪੀੜ੍ਹੀ ਨੂੰ ਤੰਬਾਕੂ ਪੀਣ ਦਾ ਸ਼ੌਂਕ ਹੋਰ ਵਧਾ ਦੇਣਗੇ। ਇੱਥੇ ਕਿਸੇ ਨੂੰ ਸੁਧਾਰਨ ਵਾਲੇ ਪ੍ਰੋਗਰਾਮ ਘੱਟ ਹੀ ਆਉਂਦੇ ਆ, ਵਿਗਾੜਨ ਵਾਲੇ ਜ਼ਿਆਦਾ ਟੱਕਰੇ ਆ। ਨਾਲੇ ਆ ਜਿਹੜੇ ਗਾਉਣ ਵਾਲੇ ਵੀ ਗਾਉਂਦੇ ਆ ਨਾ ਅੱਜ ਕੱਲ੍ਹ, ਇਹਨਾਂ ਦਾ ਵੀ ਕੋਈ ਮੂਸੇ ਨਹੀਂ, ਬਸ ਜਿਵੇਂ ਮਖਿਆਲ ਲੜਿਆ ਹੁੰਦਾ ਟੱਪੀ ਜਾਂਦੇ ਆ, ਟੱਪੀ ਨਾ ਬੋਲ ਤੇ ਨਾ ਹੀ ਜੋੜ, ਝੰਡੂ ਮਰਾਸੀ ਵਾਂਗੂ ਕਿਸੇ ਦੀ ਲੱਤ ਤੇ ਕਿਸੇ ਦੀ ਬਾਂਹ, ਨਾਲ ਇੱਕ ਨੰਗਾ ਤੜੰਗਾ ਜਿਹਾ ਟੋਲਾ ਨੱਚੀ ਜਾਊ, ਸ਼ਰਮ ਤਾਂ ਉੱਡ ਗਈ ਕਿਤੇ ਖੰਭ ਲਾ ਕੇ ਹੀ। ਬਈ ਆਪਣੇ ਸਮੇਂ ਦੀਆਂ ਗੱਲਾਂ ਵੱਖਰੀਆਂ ਸੀ, ਔਰ ਕਵੀ ਢਾਡੀ ਜਾਂ ਗਾਉਣ ਵਾਲੇ ਗਾਉਣਾ ਤਾਂ ਬੋਲਾਂ ਵਿੱਚ ਜਾਣ ਹੁੰਦੀ ਸੀ, ਲਿਖਣ ਵਾਲੇ ਵੀ ਕਮਾਲ ਕਰ ਦਿੰਦੇ ਸੀ, ਸਾਹ ਰੋਕ ਕੇ ਲੋਕਾਂ ਨੇ ਗੱਲਾਂ ਸੁਣਨੀਆਂ, ਹੁਣ ਸਮਝ ਸੁਮਝ ਤੇ ਕੋਈ ਹੈ ਨਹੀਂ, ਬਸ ਸਰਕਾਰੀ ਬੱਸਾਂ ਨੂੰ ਖੜਕਾ ਹੀ ਖੜਕਾ ਏ। ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਬਈ ਸੁਰਚ ਵੀ ਗਾਈਦਾ। ਗਾਉਣਾ ਕੀ ਆ, ਕਈ ਲਿਖਣ ਵਾਲੇ ਵੀ ਤਾਂ ਹਮਾਤੜ ਤੋਤੜੇ ਹੀ ਗੰਢੀ ਜਾਂਦੇ ਆ, ਬਈ ਇਹ ਵੀ ਕੋਈ ਲਿਖਦਾ ਕਿ ਸਾਡੇ ਪਵਿੱਤਰ ਰਿਸ਼ਤਿਆਂ ਨੂੰ ਹੀ ਕਲੰਕ ਲਾਈ ਜਾਓ। ਪਰਿਵਾਰ ਵਿੱਚ ਤਾਂ ਕੀ, ਕਈ ਵਾਰੀ ਤਾਂ ਕੱਲਿਆਂ ਸੁਣ ਕੇ ਵੀ ਸ਼ਰਮ ਆਉਂਦੀ ਆ। ਭਲੇ ਉਹ ਮਾਨਸੋ ਲਿਖੋ ਉਹ ਜੋ ਪੜ੍ਹਨ ਤੇ ਸੁਣਨ ਨੂੰ ਵੀ ਚੰਗਾ ਲੱਗੇ ਤੇ ਕੋਈ ਯਾਦ ਵੀ ਰੱਖੇ ਤੁਹਾਨੂੰ। ਕਈਆਂ ਨੇ ਚੰਗਾ ਵੀ ਬਥੇਰਾ ਲਿਖਿਆ ਤੇ ਗਾਇਆ ਵੀ ਆ। ਇਸੇ ਤਰ੍ਹਾਂ ਕਈ ਮੈਗਜ਼ੀਨ ਰਸਾਲੇ ਵੀ ਪੜ੍ਹੀਦੇ ਆ, ਕਈ ਤਾਂ ਲਿਖਦੇ ਵੀ ਐਸਾ ਕਿ ਅੰਧ ਵਿਸ਼ਵਾਸ ਤੇ ਅਗਿਆਨਤਾ ਹੀ ਫੈਲਾਉਂਦੇ ਆ, ਉਹ ਟੀਵੀ ਫਿਲਮਾਂ ਵਾਲੇ ਕਰੀ ਜਾਂਦੇ ਆ ਤੇ ਉਹ ਅਸਰ ਲੋਕਾਂ ਦੀ ਅਕਲ ਤੇ ਹੋਣ ਡਿਆ। ਦੂਰ ਕੀ ਜਾਣਾ, ਸਾਡੇ ਘਰ ਦੀ ਸੁਣ ਲੋ। ਅੱਜ ਜੀਤੇ ਦੀ ਮੰਮੀ ਜਦੋਂ ਟੀਵੀ ਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇਖਦੀ ਹੈ ਨਾ, ਤਾਂ ਰਜਾਈ 'ਚ ਬੈਠੀ ਹੀ ਮੱਥਾ ਟੇਕੀ ਜਾਊ। ਸਿਆਣੇ ਕਹਿੰਦੇ ਬਈ ਸਿਰ 'ਚ ਅਕਲ ਹੋਵੇ ਨਾ ਤਾਂ ਸਿਰ ਥਾਂ ਥਾਂ ਨਹੀਂ ਚੁੱਕਦਾ, ਜਦੋਂ ਅਕਲ ਨਾ ਹੋਵੇ ਤਾਂ ਹਰ ਥਾਂ ਚੁੱਕੀ ਜਾਂਦਾ। ਨਾਲੇ ਧਰਮ ਦੇ ਮਾਮਲੇ ਵਿੱਚ ਤਾਂ ਆਪਣੇ ਲੋਕਾਂ ਦਾ ਦੀਵਾਲਾ ਬਹੁਤਾ ਨਿਕਲਿਆ। ਦੀਵਾਲੀਏ ਵਰਗਾ ਦੀਵਾਲੀਆ, ਬਈ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣੇ ਆਪਣੀ ਸੁਰਤ ਵਿੱਚ ਹੀ ਸਭ ਕੁਝ ਹੋਇਆ, ਮੁਸਲਮਾਨ ਵਿਚਾਰੇ ਤਾਂ ਇੱਕ ਤੇ ਪੱਥਰ ਧਰ ਕੇ ਚਲੇ ਗਏ ਪਾਕਿਸਤਾਨ, ਤੇ ਉਹਨਾਂ ਪੀਰਾਂ ਫਕੀਰਾਂ ਦੀਆਂ ਕਬਰਾਂ ਰਹਿ ਗਈਆਂ ਸਾਡੇ ਮੁਲਕ 'ਚ, ਕਈ ਸਾਲ ਤਾਂ ਕਿਸੇ ਨੇ ਨਹੀਂ ਗੋਲਿਆ, ਹੁਣ ਵੇਖ ਲਓ ਥੋੜੇ ਜਿਹੇ ਸਾਲਾਂ ਤੋਂ ਜਗ੍ਹਾ ਜਗ੍ਹਾ ਕਬਰਾਂ ਤੇ ਮੇਲੇ ਲੱਗਦੇ ਆ, ਤੇ ਬਹੁਤੀ ਸ਼ਰਧਾ ਦੇ ਫੁੱਲ ਵੀ ਗੰਦੇ ਗਾਣਿਆਂ ਨਾਲ ਹੀ ਭੇਡ ਚੜਾਉਂਦੇ ਆ। ਪੁੱਛੇ ਕੋਈ
ਕਿ ਪੰਜਾਬ ਚ ਸੁਣਾਉਣ ਨੂੰ ਇਹੋ ਕੁਝ ਰਹਿ ਗਿਆ। ਹੋਰ ਸੁਣੋ, ਕੱਲ ਗਿਆ ਮੈਂ ਸੋਰੀ, ਉੱਥੇ ਪਿੰਡੋ ਬਾਹਰ ਗਾਉਣ ਵਾਲੀ ਲੱਗੀ ਹੋਈ ਸੀ। ਮੈਂ ਕਿਹਾ ਬਈ ਇਹ ਕਾਹਦਾ ਮੇਲਾ, ਕਹਿੰਦੇ ਪੀਰ ਕੁੱਡਣ ਸ਼ਾਹ ਜੀ ਦਾ। ਮੈਂ ਕਿਹਾ ਪਤੰਦਰੋ, ਮੈਨੂੰ ਤਾਂ 30 ਸਾਲ ਹੋ ਗਏ ਇੱਥੋਂ ਵਿਆਹ ਨੂੰ, ਅੱਗੇ ਤਾਂ ਕਦੇ ਸੁਣਿਆ ਨੀ, ਇਸ ਸਾਲ ਇੱਥੇ ਕੁੱਡਣ ਸ਼ਾਹ ਕੌਣ ਜਾਣ ਪਿਆ। ਕਹਿੰਦੇ ਇਹ ਤਾਂ ਪਤਾ ਨੀ ਪੁਰਾਣਿਆ, ਪਰ ਮੇਲਾ ਵੇਖ ਲਾ ਕਿੰਨਾ ਭਰਿਆ। ਕਿਸੇ ਨੂੰ ਕਿਸੇ ਥਾਂ ਦਾ ਨੀ ਪਤਾ, ਓਹੋ ਹੀ ਬਸ ਮੇਲਾ ਲਾਉਣ ਦਾ ਬਹਾਨਾ। ਕਿਤੇ ਦੁੱਧ ਚੜਦਾ, ਕਿਤੇ ਖੀਰ, ਕਿਤੇ ਸ਼ਰਾਬ ਤੇ ਨਾਲ ਗਾਉਣ ਵਾਲਿਆਂ ਦੇ ਅਖਾੜੇ। ਨਾਲੇ ਫਿਰ ਅਖਬਾਰਾਂ ਵਿੱਚ ਵੀ ਲਿਖ ਦੇਣਗੇ ਬਈ ਮਾਂ ਬੋਲੀ ਦੀ ਸੇਵਾ ਕਰ ਰਹੇ ਆ। ਇਹ ਤਾਂ ਉਹ ਗੱਲ ਹੈ, ਅੰਨਾ ਜੁਲਾਇਆ ਤੇ ਮਾਂ ਨਾ ਮਸ਼ਕਰੀਆਂ, ਊਂ ਅਖੇ ਪੰਜਾਬੀ ਸਾਡੀ ਮਾਂ ਬੋਲੀ ਆ। ਬਈ ਮਾਂ ਨੂੰ ਕੋਈ ਇਹੋ ਜਿਹੇ ਭੈੜੇ ਬੋਲ ਬੋਲਦਾ ਹੁੰਦਾ ਕਿ ਸੁਣਾਉਂਦਾ ਹੁੰਦਾ ਜਿਹੋ ਜਿਹੇ ਅੱਜ ਕੱਲ ਸੁਣਾਉਣ ਡਏ ਨੇ। ਦੇਖੋ ਪੰਜਾਬੀ ਚ ਬਹੁਤ ਅਮੀਰ ਸਾਹਿਤ ਰਚਿਆ ਗਿਆ ਤੇ ਰਚ ਵੀ ਰਹੇ ਆ, ਕਈਆਂ ਨੂੰ ਪੜ੍ਹ ਕੇ ਮਨ ਖੁਸ਼ ਹੋ ਜਾਂਦਾ। ਅਸ਼ਕੇ ਜਾਈਏ ਐਸੇ ਲੇਖਕਾਂ ਦੇ ਜਿਨ੍ਹਾਂ ਬੜੀਆਂ ਸੋਹਣੀਆਂ ਲਿਖਤਾਂ ਮਾਂ ਬੋਲੀ ਦੀ ਝੋਲੀ ਪਾਈਆਂ ਹਨ। ਇਸੇ ਤਰ੍ਹਾਂ ਸਾਰਿਆਂ ਲੇਖਕਾਂ ਕਵੀਆਂ ਨੂੰ ਉਸਾਰੂ ਸਾਹਿਤ ਰਚਨਾ ਚਾਹੀਦਾ। ਓਏ ਵੀ ਬਾਈ, ਲਹਿਰ ਹੀ ਹੁੰਦੀ ਆ। ਹੁਣ ਤੁਸੀਂ ਕਿਸੇ ਨਿੱਕੇ ਤੇ ਨਿੱਕੇ ਪਿੰਡ ਵਿੱਚ ਚਲੇ ਜਾਓ, ਜਾਂ ਤਾਂ ਗਾਉਣ ਵਾਲੇ ਦੇ ਬੋਰਡ ਜਾਂ ਦੇਸੀ ਕੀਮਾਂ ਦੇ, ਜਿਵੇਂ ਸਾਰਾ ਪੰਜਾਬ ਵੀ ਕਮਜ਼ੋਰ ਹੋ ਗਿਆ ਹੁੰਦਾ, ਬਸ ਲਾਈ ਲੱਗ ਬਣ ਕੇ ਨੀਮਾ ਹਕੀਮਾਂ ਦੇ ਕੋਲ ਦਵਾਈਆਂ ਹੀ ਖਾਂਦੇ ਰਹਿੰਦੇ ਆ। ਕਈਆਂ ਨੂੰ ਤਾਂ ਸਗੋਂ ਦਵਾਈਆਂ ਖਾ ਖਾ ਕੇ ਰੋਗ ਲੱਗ ਗਏ ਆ। ਉਹ ਸਾਡੇ ਮੁਲਕ ਵਿੱਚ ਲਾਈ ਲੱਗ ਤੇ ਵਹਿਮੀ ਬਹੁਤੇ ਆ। ਇੱਥੇ ਜੇ ਕੋਈ ਸਵਾਹ ਦੀਆਂ ਪੁੜੀਆਂ ਵੀ ਦੇ ਦੇਵੇ ਨਾ ਤਾਂ ਫੱਕੇ ਮਾਰ ਮਾਰ ਕੇ ਖਾਈ ਜਾਣਗੇ। ਬਹੁਤੇ ਰੋਗ ਵੀ ਮਨੁੱਖਾਂ ਨੇ ਆਪ ਹੀ ਸਹੇੜੇ ਆ। ਚਲੋ ਕੁਦਰਤੀ ਭੈੜੇ ਰੋਗਾਂ ਅੱਗੇ ਕੋਈ ਪੇਸ਼ ਵੀ ਨਹੀਂ ਚੱਲਦੀ, ਪਰ ਫੇਰ ਵੀ ਆਪਣੇ ਜੀਵਨ ਚ ਪਰਹੇਜ਼, ਸੰਜਮ ਤੇ ਖਾਣ ਪੀਣ ਤੇ ਕੰਟਰੋਲ ਕਰ ਲਵੇ ਤਾਂ ਆਦਮੀ ਬਹੁਤੇ ਰੋਗਾਂ ਤੋਂ ਬਚਿਆ ਰਹਿ ਸਕਦਾ। ਗੱਲ ਮੁੱਕੀ ਬਈ, ਸੋਹਤ ਰਸਾ ਸਿਰੇ ਤੇ ਗੰਢ, ਇਹ ਜੁਗਾ ਪੈਸੇ ਦਾ, ਰਿਕ ਨੇ ਰੋਟੀ ਰੋਜ਼ੀ ਦਾ ਵਸੀਲਾ ਬਣਾਇਆ ਹੈ ਤੇ ਜਦੋਂ ਰੋਟੀ ਰੋਜ਼ੀ ਦਾ ਮਾਮਲਾ ਖੜਾ ਹੋ ਜੇ ਫੇਰ ਸਮਝਾਉਂਦਾ ਕੋਈ ਘੱਟ ਹੀ ਹੁੰਦਾ। ਠੀਕ ਆ, ਹੁਣ ਜੇ ਸ਼ੇਰ ਜਾਨਵਰਾਂ ਚ ਖੜਾ ਹੋ ਕੇ ਕਵੇ ਬਈ ਕਿਸੇ ਦੀ ਜਾਨ ਲੈਣਾ ਪਾਪ ਆ, ਫਿਰ ਤਾਂ ਉਹ ਭੁੱਖਾ ਮਰ ਜੂ। ਚਲੋ ਉਹ ਤਾਂ ਜਾਨਵਰ ਆ, ਪਰ ਇਨਸਾਨਾਂ ਨੂੰ ਤਾਂ ਕੋਈ ਅਸੂਲ ਮੰਨਣੇ ਚਾਹੀਦੇ। ਮੈਂ ਤਾਂ ਕਹਿੰਦੀ ਘੱਟੋ ਘੱਟ ਕਿਸੇ ਨੂੰ ਗਲਤ ਰਾਏ ਤੇ ਨਾ ਪਾਓ। ਜਿੰਨੇ ਵੀ ਬੁੱਧੀਮਾਨ ਲੋਕ ਆ ਉਹ ਵੱਧ ਤੋਂ ਵੱਧ ਸਮਾਜ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਨ, ਚਾਹੇ ਉਹ ਧਾਰਮਿਕ ਲੋਕ ਆ, ਚਾਹੇ ਰਾਜਨੀਤਿਕ, ਚਾਹੇ ਲੇਖਕ ਕਵੀ, ਚਾਹੇ ਫਿਲਮਾਂ ਜਾਂ ਟੀਵੀ ਵਾਲੇ। ਇਸੇ ਲਈ ਸਿਆਣਿਆਂ ਕਿਹਾ, ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜਿਹੜਾ ਮਨੋਰੰਜਨ ਦੁਨੀਆਂ ਨੂੰ ਜਾਂ ਨਵੀਂ ਪੀੜ੍ਹੀ ਨੂੰ ਗਲਤ ਰਾਹੇ ਪਾਉਣ ਡਿਆ, ਇਹੋ ਜਿਹੇ ਮਨੋਰੰਜਨ ਜਾਂ ਲਿਖਤਾਂ ਨੂੰ ਕਰਨਾ ਵੀ ਕੀ ਆ। ਉਹ ਇੱਥੇ ਨਗਾਰਖਾਨੇ ਚ ਆਪਣੀ ਤੂੰ ਤੀਦੀ ਕੌਣ ਸੁਣਦਾ, ਇਕੱਠੇ ਬੈਠ ਕੇ ਮਨ ਦੀ ਪੜਾ ਸੀ ਕੱਢ ਲਈ ਦੀ ਬਸ, ਹੋਰ ਕੀ। ਚਲੋ ਇਸ ਤਰ੍ਹਾਂ ਦੀਆਂ ਗੱਲਾਂ ਚੱਲਣ ਤਾਂ ਸੁਧਾਰ ਵੀ ਹੋ ਸਕਦਾ। ਅਕਸਰ ਗੱਲਾਂ ਤੁਰਦੀਆਂ ਤਾਂ ਕਿਤੇ ਨਾ ਕਿਤੇ ਸੁਧਾਰ ਵੀ ਜ਼ਰੂਰ ਹੁੰਦਾ ਹੈ। ਜੇ ਅਸੀਂ ਗਲਤ ਲੋਕਾਂ ਦੇ ਖਿਲਾਫ ਜ਼ੁਬਾਨ ਖੋਲਾਂਗੇ ਤਾਂ ਉਹਨਾਂ ਦੇ ਕੰਨਾਂ ਤੱਕ ਕਦੀ ਤਾਂ ਆਵਾਜ਼ ਪਹੁੰਚੇਗੀ। ਉਹ ਵੇਖ ਪ੍ਰਤਾਪ ਸਿਆ, ਤੂੰ ਨਿੱਕੇ ਮੁੰਡੇ ਨੂੰ ਲੱਭਦਾ ਫਿਰਦਾ ਸੀ ਤੇ ਵੱਡਾ ਮੁੰਡਾ ਲੱਗਦਾ ਤੈਨੂੰ ਲੱਭਦਾ ਫਿਰਦਾ। ਲੱਗਦਾ ਤੇ ਇਦਾਂ ਹੀ ਆ। ਚਲੋ ਹੁਣ ਫਿਰ ਕੋਈ ਘਰ ਦਾ ਕੰਮ ਧੰਦਾ ਵੀ ਕਰੀਏ। ਹਾਂਜੀ ਹਾਂਜੀ, ਚਲੋ ਚਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।